ਜੁਗ ਜੁਗ ਅਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم અપਾਰ ਬਖਸ਼ਿਸ਼ ਪ੍ਰਭਾਤ ਸਮੇਂ ਸਤਸੰਗਤ ਦੇ ਸਮਾਸੀ ਪ੍ਰਾਪਤ ਕਰ ਰਹੇ ਹਾਂ ਗੁਰਦਰਬਾਰ ਦੀ ਹਾਜ਼ਰੀ ਭਰਦੇ ਹਾਂ ਆਸਾ ਕੀ ਵਾਰ ਦਾ ਕੀਰਤਨ ਸਰਵਨ ਕੀਤਾ ਉਪਰੰਤ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਹੁਕਮਨਾਮਾ ਅਜੇ ਹੁਣੇ ਗਿਆਨੀ ਜੀ ਨੇ ਸਾਨੂੰ ਸਰਵਨ ਕਰਵਾਇਆ। ਪਾਵਨ ਬਚਨਾਂ ਦਾ ਪਾਠ ਆਪ ਨੇ ਸਰਵਨ ਕਰ ਲਿਆ ਹੁਣ ਪਾਠਾਂ ਦਾ ਦੁਹਰਾਓ ਨਹੀਂ ਹੋਏਗਾ ਬਣਦੇ ਸਮੇਂ ਵਿੱਚ। ਇਹਨਾਂ ਗੁਰਵਾਕਾਂ ਦੀ ਸੀ ਤਕਰੀਰ ਕਰਾਂਗੇ। ਸੋ ਆਓ ਮర్యాద ਇਸ ਢੰਗ ਦੇ ਨਾਲ ਗੁਰਬਚਨਾਂ ਦੀ ਤਕਰੀਰ ਪ੍ਰారంਭ ਕਰੀਏ ਸਭ ਤੋਂ ਪਹਿਲਾਂ ਦਾਸ ਦੁਆਰਾ ਬੁਲਾਈ ਫਤਿ ਪਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜਤਾਏ ਗੁਰ ਹੁਕਮ ਜਿਸ ਨਾਮੇ ਨਾਲ ਆ ਰਿਹਾ ਹੈ ਜੈਤਸਰੀ ਮਹਲਾ 5 ਕਰਤੀ ਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਜੈਤਸਰੀ ਦੀ ਰਚਨਾ ਹੈ ਮਹਲਾ ਪੰਜਵਾ ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ ਕਰ ਤੀਜਾ ਗਾਇਨ ਕਰਨ ਵਾਸਤੇ ਹਿਦਾਇਤਿਆ ਜਦੋਂ ਇਸ ਸ਼ਬਦ ਨੂੰ ਗਾਇਆ ਜਾਏ ਤਾਲ ਗੋਜਰੇ ਤੀਸਰੇ ਕਰਨ ਨੂੰ ਪ੍ਰਯੋਗ ਵਿੱਚ ਲਿਆਉਣਾ ਹੈ ਇਸ਼ਟ ਦਾ ਮੰਗਲ ਹੈ ਮੂਲ ਮੰਤਰ ਦਾ ਸੰਖੇਪਤ ਸਰੂਪ ਇਕ ਓੰਕਾਰ ਸਤਿਗੁਰ ਪ੍ਰਸਾਦਿ ਅਕਾਲ ਪੁਰਖ ਵਹਿਗੁਰੂ ਇੱਕ ਹੈ ਓਮਕਾਰ ਹੈ ਅਵਿਥ ਇੱਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ ਜਿਸ ਨੂੰ ਨਿਰਗੁਣ ਸਰੂਪ ਕਿਹਾ ਗਿਆ ਹੈ ਜਵਾਬ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ ਜੋ ਕੁਝ ਦਿਸਦਾ ਦਿਸਦਾ ਹੈ ਸਭ ਵਿੱਚ ਵਿਦਮਾਨ ਹੈ ਸਭ ਨੂੰ ਹੋਂਦ ਦੇ ਰਿਹਾ ਹੈ ਸਭ ਦੀ ਹੋਂਦ ਆਪਣੇ ਚ ਅਮਾ ਲੈਂਦਾ ਹੈ ਉਹ ਓਮਕਾਰ ਹੈ ਉਸ ਓਮਕਾਰ ਜੀ ਦੀ ਸiddhi ਪ੍ਰਾਪਤੀ ਮੁਰਾਦ ਅਸੀਂ ਆਪਣੀ ਚੇਤਨਾ ਦੇ ਵਿੱਚ ਉਸ ਦੇ ਸਰੂਪ ਨੂੰ ਕਿਵੇਂ ਮਾਨ ਸਕਦੇ ਹਾਂ ਕੌਨਸ਼ੀਅਸ ਲੈਵਲ ਤੇ ਅਸੀਂ ਉਹਦੇ ਨਾਲ ਕਿਵੇਂ ਆਪਣੇ ਆਪ ਨੂੰ ਜੋੜ ਸਕਦੇ ਹਾਂ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਅੱਗੇ ਬਾਤ ਪ੍ਰਾਰੰਭ ਹੋ ਰਿਹਾ ਹੈ ਰਹਾਉ ਦੇ ਬੰਦ ਤੋਂ ਵਿਚਾਰ ਦਾ ਆਗਾਜ਼ ਹੈ ਜੋ ਕਿ ਪਹਿਲਾ ਹੀ ਪਦਾ ਹੈ ਮਹਾਰਾ ਜ਼ਿਕਰੇ ਕਰਦੇ ਨੇ ਕੋਈ ਜਾਣੈ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝਾਏ ਤਾਂ ਕਿ ਨਿਰਮਲ ਰੀਤ ਰਹਾਓ ਕੋਈ ਜਾਣੈ ਕਵਨ ਇਹਾ ਜਗ ਮੀਤ ਕੋਈ ਵਿਰਲੇ ਫਿਊ ਬਹੁ ਥੋੜੇ ਜਾਣੈ ਕਵਨ ਇਹਾ ਜਗ ਮੀਤ ਕੋਈ ਵਿਰਲਾ ਇਸ ਕਲ ਨੂੰ ਸਮਝਦਾ ਆ ਕਿ ਅਸਲ ਵਿੱਚ ਸੰਸਾਰ ਦੇ ਸਾਡਾ ਮਿੱਤ ਕੌਣ ਆ ਅਸਲ ਵਿੱਚ ਸਾਡਾ ਸੰਗੀ ਕੌਣ ਹੈ ਸਾਡਾ ਸਾਥੀ ਕੌਣ ਹੈ ਸਾਰੇ ਸ਼ਬਦ ਚ ਬਾਬਾ ਜੀ ਨੇ ਜੋ ਕੁਝ ਜਿਹਨਾਂ ਨੂੰ ਅਸੀਂ ਸਾਥੀ ਸਮਝਦੇ ਹਾਂ ਸੰਗੀ ਸਮਝਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੀ ਐਸੋਸੀਏਸ਼ਨ ਤਾਂ ਉਮਰ ਹੋਲ ਲਾਈਫ ਟਰਾਈ ਕਰਦੇ ਹਾਂ ਬਣਾਉਣ ਦੀ ਆਖਰਕਾਰ ਸਭ ਚੀਜ਼ਾਂ ਛੁੱਟ ਜਾਂਦੀਆਂ ਨੇ ਉਹਦਾ ਜ਼ਿਕਰ ਕੀਤਾ ਆ ਪਰ ਇਹ ਹੈ ਕਵਨ ਇਹਾ ਜਗ ਮੀਤ ਆਖਰਕਾਰ ਸੰਸਾਰ ਦੇ ਵਿੱਚ ਕੌਣ ਸਾਡਾ ਮਿੱਤਿਆ ਇਸ ਬਾਬਤ ਪਤਾ ਤੇ ਹੋਏ ਬੰਦੇ ਨੂੰ ਬਾਬਾ ਜੀ ਕਹਿੰਦੇ ਹਾਂ ਥੋੜੇ ਨੇ ਜਿਹਨਾਂ ਨੂੰ ਇਹਦਾ ਪਤਾ ਜਿਹਨਾਂ ਨੂੰ ਅਹਿਸਾਸ ਸਿਆ ਬਾਣੀ ਦਾ ਸੀ ਸੰਦੇਸ਼ ਪੜਦੇ ਆ ਬਾਬਾ ਜੀ ਕਹਿੰਦੇ ਕਿ ਜੋ ਕੁਝ ਸੰਸਾਰ ਵਿੱਚ ਸਾਨੂੰ ਦਿਸ ਰਿਹਾ ਹੈ ਇਹ ਸਾਰੇ ਦੇ ਵਿੱਚ ਸਾਂਝਾਂ ਸਵਾਰਥ ਦੀਆਂ ਨੇ ਲਾਲਚ ਦੀਆਂ ਨੇ ਹਵਸ ਦੀਆਂ ਨੇ ਇਹੀ ਸਾਂਝਾਂ ਬੰਦੇ ਦੀਆਂ ਨੇ रियलिटी ਇਸ ਬੰਦੇ ਨਾਲ ਸਾਂਝਾ ਨਹੀਂ ਗਿਆ ਆਪਣੇ ਸਵਾਰਥ ਨਾਲ ਸਾਂਝਾ ਹਨ ਮਹਾਰਾਜ ਜੀ ਨੇ ਪਾਵਨ ਬਚਨ ਲਿਖੇ ਕਾਮਨ ਲੋਇੜੇ ਸੋਇਨਾ ਰੂਪਾ ਮਿੱਤਰ ਲੋਇਣ ਖਾਦਾਤਾ ਨਾਨਕ ਪਾਪ ਕਰੈ ਤੇ ਕਾਰਨ ਜアシ ਜੰਪੁਰ ਬਾਧਾਤਾ ਕਾਮਨ ਲੋਇੜੇ ਸੋਇਨਾ ਰੂਪਾ ਜਿਸੀ ਸਮਝਿਏ ਕਿ ਸਾਡੇ ਘਰ ਪਰਿਵਾਰ ਦੇ ਜੀ ਸਾਨੂੰ ਪਿਆਰ ਕਰਦੇ ਨੇ ਸਾਡੇ ਸਾਡਾ ਸਾਡੇ ਮਤਾਇਤ ਨੇ ਉਹ ਰਿਐਲਿਟੀ ਦੇ ਵਿੱਚ ਸਭ ਸਵਾਰਥ ਦੀ ਗੱਲ ਆ ਜਿੰਨੀ ਦੇਰ ਤੱਕ ਬੰਦਾ ਸਵਾਰਥ ਪੂਰਤੀ ਵਾਸਤੇ ਸਹਾਈ ਹੈ ਸਾਂਝਾ ਹੈਗੀਆਂ ਨੇ ਜੇ ਸਵਾਰਥ ਪੂਰਤੀ ਦੇ ਵਿੱਚ ਸਹਾਈ ਨਾ ਹੋ ਪਾਏ ਸਾਂਝਾਂ ਵੀ ਨਹੀਂ ਰਹਿੰਦੀਆਂ ਟੁੱਟ ਜਾਂਦੀਆਂ ਨੇ ਕਾਮਨ ਕਾਮਣੀ ਘਰ ਪਰਿਵਾਰ ਬੱਚੇ ਜੀ ਆ ਜੰਤ ਲੋੜੇ ਸੁਹਨਾ ਰੂਪਾ ਸੁਹਨਾ ਰੂਪਾ ਕਰਦੇ ਚ ਸਾਜੋ ਸਮਾਨ ਹੀਰੇ ਜੋ ਹਰਾ ਸੋਨਾ ਚਾਂਦੀ ਕੀਮਤੀ ਚੀਜ਼ਾਂ ਜੇ ਕੋਈ ਕਰਨ ਦੇ ਵਿੱਚ ਇਸ ਤਰੀਕੇ ਦਾ ਕੰਟਰੀਬਿਊਟ ਕਰ ਪਾਉਂਦਾ ਆ ਠੀਕ ਹੈ ਮਿੱਠਾ ਲੱਗ ਰਿਹਾ ਸਾਰੇ ਕਰਦੇ ਜੀਆਂ ਨੂੰ ਜੇ ਉਹ ਨਹੀਂ ਕਰ ਪਾਉਂਦਾ ਉਹਦੇ ਬਾਬਤ ਕਰ ਚ ਵੈਲਿਊ ਕਿੰਨੀ ਖੁੰਦੀ ਅਸੀਂ ਜਾਣਨੇ ਆ ਬੜੀ ਚੰਗੀ ਤਰ੍ਹਾਂ ਮਿੱਤਰ ਲੋੜੇਨ ਖਾ ਦਾਤਾ ਮਿੱਤਰਤਾ ਅਸੀਂ ਕਹਿੰਨੇ ਆਂ ਬੜੀਆਂ ਬੜੀ ਮਿੱਤਰਤਾ ਸਾਡੀ ਕਿਸੇ ਨਾਲ ਮਿੱਤਰਤਾ ਅਸਲ ਵਿੱਚ ਖਾਣ ਪੀਣ ਦੀ ਏ ਸਾਰੇ ਤੁਸੀਂ ਕਿਸੇ ਦਾ ਕੁਝ ਹੱਕ ਪੂਰ ਸਕਦੇ ਹੋ ਤੁਸੀਂ ਕਿਸੇ ਨੂੰ ਕੁਝ ਦੇ ਸਕਦੇ ਹੋ ਕੋਈ ਤੁਹਾਡੇ ਤੋਂ ਕੁਝ ਲੈ ਸਕਦਾ ਹੈ ਤੁਸੀਂ ਕਿਸੇ ਤੋਂ ਲੈ ਸਕਦੇ ਹੋ ਸਾਂਝਾ ਹੈ ਗਿਆਨੇ ਜਿਉਂ ਚੀਜ਼ ਘਟ ਜਾਏ ਜਾਂ ਨਾ ਰਹੇ ਸਾਂਝ ਵੀ ਖਤਮ ਹੋ ਜਾਂਦੀ ਹੈ ਬਾਬਾ ਜੀ ਕਹਿੰਦੇ ਚਲੋ ਇਹ ਤੇ ਠੀਕ ਆ ਇਤੇ ਇਸੇ ਕਿਸਮ ਦੇ ਸਵਾਰਥ ਬਦ ਰਿਸ਼ਤੇ ਨੇ ਪਰ ਬੰਦੇ ਧਿਆਨ ਨਾਲ ਦੇਖ ਨਾਨਕ ਪਾਪ ਕਰੈ ਤਿਹ ਕਾਰਨ ਹੈ ਨਾਨਕ ਇਹਨਾਂ ਦੇ ਮਗਰ ਲੱਗੇ ਪਾਪ ਨਾ ਕਰਨ ਲੱਗ ਜਾਈਂ ਐਸਾ ਨਾ ਹੋਏ ਘਰ ਪਰਿਵਾਰ ਨੂੰ ਹੋਰ ਮਿੱਠਾ ਲੱਗਣ ਵਾਸਤੇ ਕੋਈ ਗੈਰ ਅਸੂਲੀ ਜੀਵਨ ਅਪਣਾ ਲਵੇ ਝੂਠ ਬੋਲਣਾ ਫਰੇਬ ਕਰਨਾ ਧੋਖਾ ਕਰਨਾ ਠੱਗੀ ਕਰਨੀ ਇਹ ਸਭ ਚੀਜ਼ਾਂ ਛੱਡ ਦੇਂ ਮਤਾ ਤੂੰ ਸੋਚੇ ਕਿ ਇਹ ਸਾਥੀ ਨੇ ਮੇਰੇ ਦਿਨਾਂ ਵਾਸਤੇ ਮੈਂ ਕੁਝ ਕਰ ਰਿਆ ਨਾ ਕੋਈ ਸਾਥੀ ਨਹੀਂ ਕਰ। ਸਭ ਨੇ ਬਿਆਨ ਕੀਤਾ ਬਹੁ ਪਰਪੰਚ ਕਰ ਪਰ ਧਨ ਲਿਆਵੈ। ਪਰਪੰਚ ਕਰਨਾ ਅਡੰਬਰ ਕਰਨਾ ਧੋਖੇ ਕਰਨੇ। ਇਹੋ ਜਿਹਾ ਮਤਲਬ ਜੀਵਨ ਆਪਨ ਕਰਨਾ ਜਿਹਦੇ ਵਿੱਚ ਕਿ ਤੋਖ ਹੋ ਕੇ ਤੇ ਕੁਝ ਆਪਣੇ ਜੀਆਂ ਉਹਦੇ ਉੱਤੇ ਆ ਕੇ ਲੁਟਾ ਦੇਣਾ। ਬਹੁ ਪਰਪੰਚ ਕਰ ਪਰ ਧਨ ਲਿਆਵੈ। ਸੁੱਤਦਾਰਾ ਬਿਆਨ ਲੁਟਾਵੇ ਉਹਦੇ ਤੇ ਆ ਕੇ ਲੁਟਾ ਦੇਂਦਾ ਵੀ ਹਾਂ ਇਹ ਮੇਰੇ ਮੇਰੇ ਅਸਲ ਸੰਗੀ ਨੇ ਪਾਬੀ ਜੀ ਕਹਿੰਦੇ ਸੱਚੇ ਹੈ ਬੰਦੇ ਸੰਗੀ ਕਾਦੇ ਨੇ ਜਦੋਂ ਤੇਰੇ ਹਿਸਾਬ ਕਿਤਾਬ ਹੋਣੇ ਨੇ ਯਾਨੀ ਚੁ ਕਿਸੇ ਵੀ ਨਾਲ ਨਹੀਂ ਜਿਪਣਾ ਕਿਆ ਬਾਹੋ ਪਰਪੰਚ ਕਰ ਪਰਧਨ ਲਿਆਵੇ ਸੁੱਤਦਾਰਾ ਬਿਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀ ਜਾਏ ਅੰਤ ਨਵੇਰਾ ਤੇਰੇ ਜੀ ਪਾ ਲਈ ਜਾ। ਅਖੀਰ ਨਬੇੜਾ ਤੇਰੀ ਜਿੰਦ ਤੋਂ ਲਿਆ ਜਾਣਾ। ਤੇਰੇ ਜੀ ਤੋਂ ਲਿਆ ਜਾਣਾ। ਸਹੀ ਰੂਪ ਵਿੱਚ ਦੇਖ। ਮਿੱਤ ਕੌਣ ਆ? ਜਿਹਨੂੰ ਹੋਰ ਸਰਲ ਕਰ ਲਿਆ ਜਾਏ ਨਾ। ਬੰਦੇ ਦਾ ਮਿੱਤ ਸਭ ਤੋਂ ਪਹਿਲੇ ਨੰਬਰ ਤੇ। ਇਹਦੇ ਆਪਣੇ ਵਿਚਾਰ ਨੇ। ਤੇ ਵਿਚਾਰ ਵੀ ਉਹ ਜਿਹੜੇ ਸੁਦ੍ਰਿੜ ਨੇ, ਜਿਹੜੇ ਪੱਕੇ ਨੇ, ਜਿਹੜੇ ਪਾਕੀਜ਼ਗੀ ਨਾਲ ਭਰੇ ਹੋਏ ਨੇ। ਅਦਰਵਾਈਜ਼ ਵਿਚਾਰਕ ਤੌਰ ਤੇ ਇੱਕ ਵਾਰੀ ਬੰਦਾ ਇੱਥੇ ਹੈ ਦੂਜੀ ਵਾਰੀ ਇੱਥੇ ਹੈ ਸੋ ਇਹ ਹੈ ਕਿ ਵਿਚਾਰਕ ਪਰਿਪੇਖ ਦੇ ਵਿੱਚ ਆਪਣੇ ਆਪ ਨੂੰ ਦਰੁਸਤ ਕਰੇ ਤੋ ਦਰੁਸਤ ਕੀ ਦੇ ਨਾਲ ਜਿਹੜੀ ਅਸਲ ਹਸਤੀ ਹੈ ਜਿਹੜੀ ਅਸਲ ਜੋਤ ਹੈ ਜਿਸ ਨੂੰ ਰੱਬ ਕਿਹਾ ਗਿਆ ਆਕਾਲ ਪੁਰਖ ਵੈਗਰੂ ਕਿਹਾ ਗਿਆ ਉਹਦੇ ਨਾਲ ਸਾਝ ਪਾ ਇਹ ਤੇਰਾ ਮਿੱਤ ਬਣੇਗਾ ਕੋਈ ਜਾਣੇ ਕਵਨ ਇਹਾ ਜਗ ਮੀਤ ਕੋਈ ਵਿਰਲਾ ਸਮਝਦਾ ਅਸਲ ਮੀਤ ਤੇ ਉਹ ਹੈ ਸਭ ਨੇ ਕਿਹਾ ਜੇ ਉਹ ਸੱਜਣ ਬਣ ਜਾਏ ਜੇ ਉਹਦੇ ਨਾਲ ਮਿੱਤਰਤਾ ਬਣ ਜਾਏ ਇੱਕ ਸੱਜਣ ਸਭ ਸੱਜਣਾ ਫਿਰ ਨਹੀਂ ਸੰਸਾਰ ਛੱਡ ਦੇਗਾ ਬੰਦਾ ਸੰਸਾਰ ਦੇ ਵਿੱਚ ਬਲਕਿ ਸਹੀ ਰੂਪ ਵਿੱਚ ਵਰਤੇਗਾ ਸਾਂਝਾਂ ਜੋਤ ਦੀਆਂ ਹੋਣਗੀਆਂ ਗੁਣਾਂ ਦੀਆਂ ਹੋਣਗੀਆਂ ਸਿਆਣਪ ਅਕਲ ਦੇ ਲੈਵਲ ਤੇ ਹੋਣਗੀਆਂ ਨਾ ਕਿ ਸਵਾਰਥ ਦੇ ਲੈਵਲ ਤੇ ਨਾ ਕਿ ਸਿਰਫ ਆਪਣੀ ਹਵਸ ਦੀ ਪੂਰਤੀ ਲਈ ਨਾ ਇਹ ਇਹ ਸਾਂਝਾਂ ਟੁੱਟ ਜਾਣਗੀਆਂ ਫਿਰ ਬਿਲਕੁਲ ਸਹੀ ਬੰਦਾ ਜਿਹੜਾ ਹੈ ਗਰਾਊਂਡ ਤੇ ਆ ਕੇ ਸਾਂਝ ਬਣਾਏਗਾ ਸੋ ਕਿਹਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਤੇ ਜੇ ਉਹ ਸਾਂਝ ਨਾ ਬਣੀ ਬਾਕੀ ਬਾਕੀ ਤੇ ਸਭ ਬਾਦ ਵਿਵਾਦ ਆ ਅੱਜ ਦੇ ਮਿੱਤਰ ਕੱਲ ਦੇ ਦੁਸ਼ਮਣ ਨੇ ਕੱਲ ਦੇ ਸੱਜਣ ਅੱਜ ਦੁਸ਼ਮਣ ਨੇ ਆਪ ਦੇਖੋਗੇ ਅੱਜ ਦੇ ਰਿਸ਼ਤੇਦਾਰ ਅਗਲੇ ਪਲ ਦੇ ਵਿੱਚ ਇੱਕ ਦੂਸਰੇ ਦੇ ਵੈਰੀ ਬਣੇ ਨੇ ਬਰਖਲਾਫ ਤੇ ਵਿੱਚ ਖੜੇ ਨੇ ਇਹ ਖਦਵਾਏ ਖ ਸੜ ਰਹੇ ਨੇ ਇੱਕ ਦੂਜੇ ਨੂੰ ਕੱਲ ਜੋ ਕਿਸੇ ਦਾ ਭਲਾ ਕਰਨ ਲਈ ਤਿਆਰ ਸੀਗਾ ਅੱਜ ਅੱਜ ਚਾਹ ਕਿ ਉਹਦੇ ਪ੍ਰਤੀ ਬੁਰਾ ਕਰ ਰਿਹਾ ਹੈ ਇਹ ਮਨੁੱਖੀ ਫਿਤਰ ਦਾ ਹਿੱਸਾ ਬਣ ਚੁੱਕਾ ਹੈ ਬਾਦ ਹੀ ਬਾਦ ਹੈ ਸਾਡਾ ਸਾਰਾ ਪਰ ਇਹ ਹੈ ਜੇ ਅਹਿਸਾਸ ਰੱਬ ਦਾ ਹੋਏ ਕਿਸੇ ਤੇ ਅਹਿਸਾਨ ਨਹੀਂ ਕਿਸੇ ਤੇ ਕੋਈ ਉਸ ਰੂਪ ਦੇ ਵਿੱਚ ਗਿਲਾ ਸ਼ਿਕਵਾ ਨਹੀਂ ਰੱਬ ਜੀ ਦੇ ਬਣਾਏ ਰਿਸ਼ਤੇ ਸੰਸਾਰ ਨਾਤੇ ਨਦਾਰੀਆਂ ਨੇ ਇਹਦੇ ਜਿੰਨਾ ਰੋਲ ਮੈਨੂੰ ਦਿੱਤਾ ਹੈ ਮੈਂ ਉਹਨਾਂ ਰੋਲ ਪਲੇ ਕਰਨਾ ਆ ਉਹਦੇ ਅੰਦਰ ਮੈਂ ਨਾ ਕੋਈ ਅਨੈਥੀਕਲ ਕਰਨਾ ਹੈ ਨਾ ਕੋਈ ਗੈਰਵਾਜਬ ਟੰਗ ਦੇ ਨਾਲ ਕਰਨਾ ਆ ਫਿਰ ਮੈਨੂੰ ਇਤਰਾਜ ਕਾਦਾ ਆ ਹਾਂ ਜੇ ਕੋਈ ਗੈਰਵਾਜਬ ਟੰਗ ਨਾਲ ਨਾ ਕਰਨ ਕਰਕੇ ਜੇ ਕੋਈ ਅਨੈਥੀਕਲ ਫੇਵਰ ਨਾ ਕਰਨ ਕਰਕੇ ਨਰਾਜ ਹੁੰਦਾ ਆ ਤੇ ਉਹ ਉਸ ਲੈਵਲ ਤੇ ਮੇਰੀ ਆਪਣੀ ਸੁਰਤ ਵੀ ਬੜੀ ਲਿਜਿਟਿਮੇਟ ਵੇ ਨਾਲ ਅੰਡਰਸਟੈਂਡ ਕਰੇਗੀ ਇਸ ਚੀਜ਼ ਨੂੰ ਹਾਂ ਭਾਈ ਠੀਕ ਹੈ ਅਸੂਲ ਨੂੰ ਤੋੜਿਆ ਨੀਗਾ ਅਸੂਲ ਦੇ ਪੱਖ ਦੇ ਉੱਤੇ ਆਪਾਂ ਠੀਕ ਆ ਬਾਕੀ ਸਭ ਜੋ ਜਿਸ ਨੂੰ ਚੰਗਾ ਲੱਗਦਾ ਉਹ ਨਿਭੇਗਾ ਜਿਸ ਨੂੰ ਨਹੀਂ ਚੰਗਾ ਲੱਗਦਾ ਨਾ ਨਿਭੇਗਾ ਇਸ ਕਿਸਮ ਦੀ ਸੋਚ ਦੇ ਵਿਚਾਰ ਧਾਰਾ ਬਾਬਾ ਜੀ ਇਹਦੇ ਛੇ ਦੇ ਰਹੇ ਨੇ ਸਾਨੂੰ ਪਰ ਇਹ ਕੋਈ ਵਿਰਲਾ ਸਮਝਦਾ ਹਰ ਇੱਕ ਦੀ ਇਹ ਗੇਮ ਨਹੀਂ ਹੈ ਕੋਈ ਜਾਣੇ ਕਬ ਨਹੀਂ ਆਹ ਜਗ ਮੀਤ ਫਿਰ ਬਾਬਾ ਜੀ ਨੇ ਕਿਹਾ ਜਿਸ ਹੋਏ ਕਿਰਪਾਲ ਸੋਈ ਵਿਦ ਬੂਝਾਏ ਤਾਂ ਕਿ ਨਿਰਮਲ ਰੀਤ ਜਿਦੇ ਉੱਤੇ ਆਕਾਲ ਪੁਰਖ ਵਹਿਗਰੂ ਤਰਸ ਕਰਦਾ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਸੋਈ ਵਿਦ ਵਿਦਕਿੰਦ ਤਰੀਕੇ ਨੂੰ ਤਰੀਕੇਕਾਰਤਾ ਜਿਹਨੂੰ ਅਸੀਂ ਮੈਥਡ ਕਹਿੰਨੇ ਆ ਮੈਥਡੋਲੋਜੀ ਕਹਿੰਨੇ ਆ ਐਕਚੁਅਲ ਲੈਵਲ ਤੇ ਆਪਾਂ ਰਿਲੇਸ਼ਨਸ਼ਿਪ ਦੀ ਜਦੋਂ ਗੱਲ ਕਰਦੇ ਆ ਸੰਸਾਰ ਦੇ ਵਿੱਚ ਤੇ ਇਹਦੇ ਅੰਦਰ ਰਿਲੇਸ਼ਨਸ਼ਿਪ ਇੱਕ ਸ਼ਖਸਿਆ ਔਰ ਰਿਲੇਸ਼ਨਸ਼ਿਪ ਨਹੀਂ ਲਾਪਰਪਰਲੀ ਉਹਨਾਂ ਤੋਂ ਖੁਸ਼ ਨਹੀਂ ਹੈਗਾ ਸੁਖੀ ਨਹੀਂ ਹੈਗਾ ਮੰਨਿਆ ਗਿਆ ਇੱਕ ਜਗ੍ਹਾ ਤੇ ਰਿਲੇਸ਼ਨਸ਼ਿਪ ਠੀਕ ਨਹੀਂ ਬਣੀ ਇਸ ਕਰਕੇ ਸੁਖੀ ਨਹੀਂ ਦੂਸਰੀ ਜਗ੍ਹਾ ਤੇ ਗਿਆ ਉੱਥੇ ਵੀ ਨਹੀਂ ਠੀਕ ਬਣੀ ਤੀਜੀ ਜਗ੍ਹਾ ਤੇ ਗਿਆ ਉੱਥੇ ਵੀ ਨਹੀਂ ਠੀਕ ਬਣੀ ਇਹਦਾ ਮਤਲਬ ਜੋ ਮਨੁੱਖ ਨੇ ਜੋ ਆਲੇ ਦੁਆਲੇ ਜੀ ਨੇ ਉਹਨਾਂ 'ਚ ਪ੍ਰੋਬਲਮ ਨਹੀਂ ਹੈਗੀ ਪ੍ਰੋਬਲਮ ਹੈ ਇਹਦੀ ਅਪਰੋਚ ਵਿੱਚ ਇਹਦੀ ਰਿਲੇਸ਼ਨਸ਼ਿਪ ਦੇ ਪ੍ਰਤੀ ਅਪਰੋਚਿਆ ਉਹ ਠੀਕ ਨਹੀਂ ਹੈਗਾ ਇਥੇ ਫਿਰ ਇਸੇ ਲਈ ਜਿਵੇਂ ਕੁਝ ਅਬਿਊਸਿਵ ਰਿਲੇਸ਼ਨਸ਼ਿਪੇ ਲੋਕ ਇਨਵੋਲ ਹੋ ਜਾਂਦੇ ਨੇ ਇੱਕ ਜਗ੍ਹਾ ਤੇ ਹੋਈ ਚਲੋ ਠੀਕ ਐ ਸੈਕਿੰਡ ਜਗ੍ਹਾ ਤੇ ਫਿਰ ਸੇਮ ਹੋ ਗਈ ਥਰਡ ਜਗ੍ਹਾ ਤੇ ਇੱਕ ਹੀ ਬਣਿਆ ਵਿਧ ਨੇਗੀ ਮੈਥਡੋਲੋਜੀ ਨਹੀਂ ਗਈ ਤਰੀਕੇਕਾਰਤਾ ਨਹੀਂ ਸਹੀ ਉਸ ਨੂੰ ਦੁਰਸਤ ਕਰਨ ਦੀ ਲੋੜ ਹੈ ਕੋਈ ਵੀ ਬੰਦਾ ਧਰਤੀ ਦੇ ਉੱਤੇ ਨਾ ਬੁਰਾ ਐ ਨਾ ਭਲਾ ਐ ਡਿਪੈਂਡ ਕਰਦਾ ਤੁਹਾਡੀ ਅਪਰੋਚ ਕਿਵੇਂ ਐ ਉਹ ਵੀ ਲੋਕ ਨੇ ਜਿਹੜੇ ਮਤਲਬ ਮੈਂ ਸਰਲ ਪਾ ਵਿੱਚ ਬਿਆਨ ਕਰਾਂ ਤੇ ਆਪ ਦੇਖੋਗੇ ਮੈਂ ਪ੍ਰਿਜ਼ਨਸ ਦੇ ਵਿੱਚ ਕੰਮ ਕਰਦਾ ਹਾਂ ਤੇ ਪ੍ਰਿਜ਼ਨਸ ਦੇ ਅੰਦਰ ਲੋਕ ਕਹਿੰਦੇ ਕਿ ਪ੍ਰਿਜ਼ਨਰਸ ਨਹੀਂ ਦੇ ਆਰ ਲਾਅ ਆਫੈਂਡਰਸ ਦੇ ਆਰ ਨੋਟ ਲਾਵ ਬੀਇੰਗ ਪੀਪਲ ਬਟ ਸਟਿਲ देयर आर ਅਥਾਰਟिटीज देयर आर ਐਕਚੁਅਲੀ ਪੀਪਲ Who are dealing with them in a very good manners ਤੇ ਉਹ ਵੀ ਰਿਸਪੌਂਡ ਉਸੇ ਤਰੀਕੇ ਨਾਲ ਕਰਦੇ ਨੇ ਪੂਰੀ ਉਤੇ ਪਪੂਲੇਸ਼ਨ ਰਹਿੰਦੀ ਹੈ ਸਭ ਉਸ ਰੂਪੇ ਚੱਲਦਾ ਆ ਇਹ ਕੀ ਹੈ ਐਕਚੁਅਲ ਤਰੀਕੇ ਨਾਲ ਦੇਖਿਆ ਜਾਏ ਤੇ ਤੁਸੀਂ ਕਿਸੇ ਨਾਲ ਵੀ ਡੀਲ ਕਰ ਸਕਦੇ ਹੋ ਮੈਥਡ ਆਵੇ ਤਰੀਕਾ ਆਵੇ ਟੈਕਨੀਕ ਆਵੇ ਸੰਸਾਰੀ ਤੌਰ ਤੇ ਕਹਿੰਦੇ ਨੇ ਸੰਸਾਰ মোহ ਮਾਇਆ ਆ ਬਾਬਾ ਜੀ ਕਹਿੰਦੇ মোহ ਮਾਇਆ ਸੰਸਾਰ ਨਹੀਂਗਾ ਤੇਰੀ ਅਪਰੋਚ ਹੈ ਜੇ ਤੇਰੀ ਅਪਰੋਚ ਠੀਕ ਹੋ ਜਾਏ ਫਿਰ ਫਿਰ ਤੇ ਸੰਸਾਰ ਵੀ ਰੱਬ ਦਾ ਰੂਪ ਹੈ ਇਹਦੇ ਚ ਨਿਰੰਕਾਰ ਵਸਤਾ ਕੋਈ ਰਿਸ਼ਤਾ ਕੋਈ ਨਾਤਾ ਕੋਈ ਸਬੰਧ ਮਾੜਾ ਨਹੀਂਗਾ ਪਰ ਸਾਨੂੰ ਜੇ ਉਹ ਜੀਣਾ ਆ ਜਾਏ ਤੇ ਜੇ ਸਾਨੂੰ ਉਹ ਉਹਦੇ ਵਿੱਚ ਰਹਿਣਾ ਆ ਜਾਏ ਤੇ ਸਾਬ ਕਹਿੰਦੇ ਜਿਹਦੇ ਉਤੇ ਤਰਸ ਕਰਦਾ ਕਾਲਪੁਰਖ ਵਾਹਿਗੁਰੂ ਜਿਸ ਹੋਏ ਕਿਰਪਾਲ ਸੋਈ ਵਿਧ ਬੂਝੈ ਉਸਨੇ ਵਿਧੀ ਆ ਜਾਂਦੀ ਹੈ ਟੈਕਨੀਕ ਆ ਜਾਂਦੀ ਮੈਥਡ ਆ ਜਾਂਦਾ ਤਾਂ ਕਿ ਨਿਰਮਲ ਰੀਤ ਰੀਤ ਰਹੋ ਰੀਤ ਵੇ ਆਫ ਲਾਈਫ ਰਹਿਣ ਸਾਂ ਇਹ ਨਿਰਮਲ ਮੈਲ ਰਹਿਤ ਵਿਦਾਊਟ ਫਿਲਥ ਔਰ ਵਿਦਾਊਟ ਯੂ ਕੈਨ ਸੇ ਸេចਿਚ ਜਿਹੜਾ ਹੈਗਾ ਆ ਮੈਲ ਦੀ ਕਹ ਹਮ ਕਮੀ ਹੋ ਜਾਏ ਮੈਲ ਕੱਟ ਜਾਏ ਜਿਹਦੇ ਵਿੱਚੋਂ ਜ਼ਿਆਦਾਤਰ ਸਾਡੇ ਰਿਸ਼ਤੇ ਸਾਡੇ ਡੀਲ ਕਰਨ ਦੇ ਢੰਗ ਦੇ ਵਿੱਚ ਮੈਲ ਹੁੰਦੀ ਹੈ ਲੁਕਵੇਂ ਸਵਾਰਥ ਹੁੰਦੇ ਨੇ ਜਿਹੜੇ ਲੁਕਵੇਂ ਇੰਟਰਸਟ ਨੇ ਸੈਲਫ ਇੰਟਰਸਟ ਨੇ ਇਹ ਮਾਰਦੇ ਨੇ ਬੰਦਾ ਜਿੰਨਾ ਸਰਫਸ ਤੇ ਕਲੀਅਰ ਹੋਏਗਾ ਉਨੇ ਹੀ ਰਿਸ਼ਤੇ ਜਿਹੜੇ ਨੇ ਉਸ ਆਵੇ ਹੋਣਗੇ ਜਿੱਥੇ ਕੁਝ ਹਿਡਨ ਏਜੰਡਾ ਚੱਲ ਰਿਹਾ ਕੁਝ ਆ ਇੱਕ ਤਰ੍ਹਾਂ ਦੇ ਨਾਲ ਮਤਲਬ ਬੰਦਾ ਕਿਸੇ ਜਗ੍ਹਾ ਤੋਂ ਕੋਈ ਤਵਕਕਉ ਰੱਖਦਾ ਹੈ ਤਾਂ ਲੁਕ ਵੀ ਤਵਕਕਉ ਹੈ ਮਹੀਨੇ ਦੇ ਵਿੱਚ ਮੈਨੂੰ ਆ ਬੈਨੀਫਿਟ ਮਿਲੇਗਾ ਇਹ ਮੈਂ ਸਰਲ ਪਾ ਵਿੱਚ ਬਿਆਨ ਕਰਾਂ ਅਸੀਂ ਘਰਾਂ ਥਾਵਾਂ ਦੇ ਵਿੱਚ ਹੀ ਇੱਕ ਦੂਜੇ ਤੋਂ ਐਕਸਪੈਕਟੇਸ਼ਨ ਕਰੀਏ ਐਕਸਪੈਕਟੇਸ਼ਨ ਦਸੀਏ ਨਾ ਕਦੋਂ ਜੇ ਤਾਂ ਕਿਹਾ ਜਾਏ ਕਿ ਇਹਨੂੰ ਹੀ ਸਮਝ ਆ ਗਿਆ ਪੀ ਪੂਰੀਆਂ ਕਰੇਗਾ ਮੇਰੀ ਐਕਸਪੈਕਟੇਸ਼ਨ ਹੋਏਗਾ ਕਿ ਐਕਚੁਅਲੀ ਡੀਪ ਲੈਵਲ ਤੇ ਉਹ ਜਿਹੜੀ ਨਾਤੇਦਾਰੀ ਉਹ ਨਹੀਂ ਬਣेंगी ਤੇ ਇੱਕ ਦੂਜੇ ਦੇ ਪ੍ਰਤੀ ਸ਼ਿਕਵੇ ਸ਼ਿਕਾਇਤਾਂ ਹੋਣਗੀਆਂ ਇੱਥੇ ਇਹਨੇ ਨਹੀਂ ਪੂਰਾ ਆ ਕੀਤਾ ਧਿਆਨ ਨਹੀਂ ਕੀਤਾ ਨਿਰਮਲ ਰੀਤ ਨਹੀਂ ਹੋਏਗੀ ਫਿਰ ਫਿਰ ਵੇ ਆਫ ਲਾਈਫ ਦੇ ਅੰਦਰ ਮੈਲ ਆ ਜਾਏਗੀ ਇੱਕ ਦੂਸਰੇ ਦੇ ਪ੍ਰਤੀ ਨਫ਼ਰਤ ਆਏਗੀ ਬਾਬਾ ਜੀ ਬਿਆਨ ਕਰਦੇ ਜਿਹਦੇ ਉਤੇ ਤਰਸ ਕਰਦਾ ਕਾਲਪੁਰ ਹੋਵੇ ਉਹਨੂੰ ਵੇਦ ਆ ਜਾਂਦੀ ਹੈ ਉਹ ਜੋ ਕੁਝ ਹੈ ਸਰਫਸ ਤੇ ਸਾਹਮਣੇ ਆ ਜਾਂਦਾ ਕੋਈ ਹਿਡਨ ਕਿਸੇ ਕਿਸਮ ਦੇ ਨਾਲ ਇੰਟਰਸਟ ਉਹਦੇ 'ਚ ਨਹੀਂ ਹੈਗੇ ਕੋਈ ਹਿਡਨ ਕੁਝ ਐਕਸਪੈਕਟੇਸ਼ਨਸ ਨਹੀਂ ਹੈਗੀਆਂ ਸਪਸ਼ਟ ਸਰਲ ਹੈ ਸਾਹਮਣੇ ਆ ਜੋ ਕੁਝ ਹੈ ਇਹ ਰਹਾ ਉਹਦਾ ਬੰਧ ਆ ਅੱਗੇ ਬਾਬਾ ਜੀ ਨੇ ਕੁਝ ਸੰਸਾਰਿਕ ਅਪਰੋਚ ਜੋ ਹੈ ਸਾਡੀ ਉਹਦੇ ਉੱਤੇ ਬਾਤ ਕੀਤੀ ਹੈ ਤੁਹਾਨੂੰ ਡਿਫਾਈਨ ਕੀਤਾ ਬੜੇ ਸੋਹਣੇ ਢੰਗ ਨਾਲ ਮਾਤ ਪਿਤਾ ਬਨਤਾ ਸੋਤ ਬੰਦ ਪੇ ਇਸ਼ਟ ਮੀਤ ਅਰਪਾਈ ਸਾਰੇ ਆਲਮੋਸਟ ਰਿਸ਼ਤੇ ਗਿਣ ਦਿੱਤੇ ਨੇ माता पिता बनिता पार्टनर सुत्थ किड्स औलाद बंधक रिलेटिव जो होंगे इस्ट डेफिनेटली जो बाय बर्थ स रलीजन या स्कूल ऑफ थॉट फ्रॉम रिजस साइड ऑफर होंथ फैमिली फ्रेंड्स हरपाई सिबलिंगस सारे गल कर ਇਸਾਰੇ ਦੇ ਸਾਰੇ ਬਾਰੇ ਬਾਤ ਕਰੀਏ ਪੁਰਬ ਜਨਮ ਕੇ ਮਿਲੇ ਸੰਜੋਗੀ ਕੋਈ ਪੁਰਬਲਾ ਲੈਣ ਦੇਣ ਦਾ ਸੰਸਕਾਰ ਹੈ ਸਾਡਾ ਜਿੱਦੇ ਕਰਕੇ ਸਿੱਖ ਛਾਤੇ ਇਕੱਠੇ ਹੁੰਨੇ ਆ ਆਪਾਂ ਦੇਖੀਏ ਨਾ ਬੱਚੇ ਨੇ ਮਾਂ ਕਿਨੂੰ ਕਹਿਣਾ ਪਿਤਾ ਕਿਨੂੰ ਕਹਿਣਾ ਇਹ ਬੱਚੇ ਦੀ ਚੋਇਸ ਨਹੀਂ ਹੈਗੀ ਕੁਦਰਤ ਉਹਨੂੰ ਚੋਇਸ ਬਣਾ ਕੇ ਦਿੰਦੀ ਹੈ ਬੱਚਾ ਇੱਕ ਟੌਏ ਸਟੋਰ ਤੇ ਜਾ ਕੇ ਆਪਣੀ ਮਰਜ਼ੀ ਦੇ ਟੌਏਜ਼ ਬਾਏ ਕਰ ਸਕਦਾ ਹੈ ਆਈ ਵਾਂਟ ਦਿਸ ਵਨ ਨਾਟ ਦਿਸ ਵਨ ਬੱਚਾ ਫੂਡ ਆਪਣੀ ਚੁਸ ਆਪਣੀ ਮਰਜ਼ੀ ਦਾ ਚੁਸ ਕਰ ਸਕਦਾ ਯੂ نو ਆਮ ਨੋਟ ਗੋਣਾ ਈਟ ਥਿਸ ਸਟਫ ਆ ਵਾਂਟ ਥਿਸ ਸਟਫ ਠੀਕ ਹੈ ਜੀ ਬਟ ਇਹ ਉਹਦੇ ਕੋਲ ਚੁਆਇਸ ਨਹੀਂ ਹੈਗੀ ਆਈ ਡੋਨਟ ਵਾਂਟ ਟੂ ਸੇ ਮਮ ਟੂ ਥਿਸ ਲੇਡੀ ਆ ਵਾਂਟ ਟੂ ਸੇ ਮਮ ਟੂ ਥਿਸ ਲੇਡੀ ਨੋ ਹੀਰ ਸ਼ੀ ਡਸਨਟ ਹੈਵ ਥੈਟ ਚੁਆਇਸ ਉਹਨੇ ਫਾਦਰ ਕਿਨੂ ਕਹਿਣਾ ਉਸਨੇ ਸਿਬਲਿੰਗ ਕਿਨੂ ਬਣਾਉਣਾ ਇਹ ਉਹਦੀ ਚੁਆਇਸ ਨਹੀਂ ਹੈਗੀ ਇਹ ਕੁਦਰਤ ਚੂਜ਼ ਕਰਕੇ ਦੇਂਦੀ ਉਸ ਨੂੰ ਤੇ ਜੋ ਸਾਨੂੰ ਮਿਲਦਾ ਆ ਇਸ ਨੂੰ ਤੋਹਫੇ ਦੇ ਤੌਰ ਤੇ ਬਾਣੀ ਕਿਨ ਦੇ ਐਕਸੈਪਟ ਕਰੋ ਤੇ ਉਹਦੇ ਨਾਲ ਨਾਤੇਦਾਰੀ ਉਸ ਤੇ ਰੂਪ ਸਥਾਪਿਤ ਕਰੋ ਮਾਫੀ ਮੰਗਾਂਗਾ ਜੀਜਾ ਕਈ ਵਰੀ ਪੜੀਆਂ ਸਾਨੂੰ ਬੜੀਆਂ ਸਮਝਣ ਵਿੱਚ ਦਿੱਕਤ ਆਉਂਦੀ ਹੈ ਸਾਡੇ ਆਮ ਕਰਕੇ ਕੀ ਆ ਜਾਂਦਾ ਬੱਚਾ ਮਾਂ ਬਾਪ ਦਾ ਆਗਿਆਕਾਰੀ ਹੋਣਾ ਚਾਹੀਦਾ ਗੁਰਮਤਿ ਆਸ਼ੇ ਮੁਤਾਬਕ ਇਹ ਗੱਲ ਠੀਕ ਨਹੀਂ ਬੱਚਾ ਮਾਪੇ ਦਾ ਟੈਲੂਆ ਹੋਣਾ ਚਾਹੀਦਾ ਹੈ ਟਹਿਲਾ ਮਾਪੇ ਦੀ ਜੋ ਉਹਨਾਂ ਦੇ ਪ੍ਰਤੀ ਡਿਊਟੀਆਂ ਨੇ ਫਰਜ਼ ਨੇ ਉਹ ਨਿਭਾਉਣੇ ਚਾਹੀਦੇ ਨੇ ਆਗਿਆ ਆਗਿਆ ਤੇ ਗੁਰੂ ਦੀ ਮੰਨਣੀ ਹੁੰਦੀ ਹੈ ਆਗਿਆ ਤੇ ਜਿਹੜਾ ਯੂਨੀਵਰਸਲ ਥਾਟ ਆ ਦੀ ਮੰਨਣੀ ਹੁੰਦੀ ਹੈ ਕਈ ਵਾਰ ਮਾਪੇ ਉਹਨਾਂ ਦੀ ਅਗਿਆ ਠੀਕ ਹੁੰਦੀ ਨਹੀਂ ਜੇ ਦੇਖਿਆ ਜਾਏ ਤੇ ਪ੍ਰਹਿਲਾਦ ਤੇ ਹਰਨਾਕਸ਼ ਦਾ ਮਸਲਾ ਕੀ ਹੈ ਸਾਡੀ ਕ੍ਰਾਈਟੇਰੀਆ ਦੇ ਵਿੱਚ ਪ੍ਰਹਿਲਾਦ ਉਹ ਤੇ ਬੜਾ ਆ ਜੜਾਇਆ نافਰਮਾਨ ਬੱਚਾ ਆ نافਰਮਾਨੀ ਕਰ ਰਿਹਾ ਉਹ ਤੇ ਆਬਿਡੈਂਟ ਤੇ ਹੈ ਹੀ ਨਹੀਂ ਉਹ ਆਗਿਆਕਾਰ ਕਿੱਥੇ ਆ ਬਾਪ ਦੀ ਆਗਿਆ ਤੇ ਮੰਨਦਾ ਹੀ ਨਹੀਂ ਉਹ ਪਰ ਸੰਸਾਰ ਦੀ ਪੂਜਾ ਕਰਦਾ ਹੈ ਸੰਸਾਰ ਉਹਦਾ ਨਾਮ ਜਪਦਾ ਹੈ ਇਹ ਗੱਲ ਕੀ ਹੈ ਗੱਲ ਇਹ ਹੈ ਇਥੇ ਵਿਵੇਕ ਤੋਂ ਕੰਮ ਲੈਣਾ ਆ ਜਿਹੜਾ ਸੰਗ ਆ ਮੈਂ ਕਿਹਾ ਪੁਰਬ ਜਨਮ ਕੇ ਮਿਲੇ ਸੰਯੋਗੀ ਬਾਣੀ ਕਰੀ ਕੁਝ ਸੰਸਕਾਰ ਹੈ ਪੁਰਬਲਾ ਇਸ ਕਰਕੇ ਖਾਤੇ ਇਕੱਠੇ ਆਇਆ ਜਿਹੜੀ ਸੋਚ ਆ ਉਹ ਸਭ ਨੂੰ ਕੁਦਰਤ ਨੇ ਆਪਣੇ ਤੌਰ ਤੇ ਬਖਸ਼ੀ ਹੈ ਪਰ ਸੋਚ ਵਿੱਚ ਦੇਖਣਾ ਪਏਗਾ ਕਿ ਇਹ ਸੋਚ ਕੁਦਰਤ ਨਾਲ ਆਤਮ ਸਾਥ ਹੋਣ ਲਈ ਵਾਜਬ ਆ ਕਿ ਨਹੀਂ ਵਾਜਬ ਇੱਥੇ ਬਾਤ ਆ ਗੁਰੂ ਨਾਨਕ ਮਹਾਰਾਜ ਤੇ ਬਾਬਾ ਮਹਿਤਾ ਕਲਿਆਣ ਦਾਸ ਜੀ ਬਾਬਾ ਕਾਲੂ ਜੀ ਕੀ ਸਾਂਝ ਹੈ ਬਾਬਾ ਕਾਲੂ ਜੀ ਸ਼ਿਕਾਇਤੀ ਰੱਖਦੇ ਰਹੇ ਗੁਰੂ ਨਾਨਕ ਸਾਹਿਬ ਬਾਰੇ ਆਖੇ ਨਹੀਂ ਲੱਗਦਾ ਆ ਗੱਲ ਨਹੀਂ ਮੰਨਦਾ ਬਾਬਾ ਜੀ ਕਹਿੰਦੇ ਨਹੀਂ ਸੋ ਇੱਥੇ ਬਾਤ ਆਈ ਕਿ ਪੁਰਬ ਜਨਮ ਕੇ ਮਿਲੇ ਸੰਜੋਗੀ ਇਹ ਪੁਰਬਲੇ ਸੰਜੋਗਾ ਕਰਕੇ ਇਕੱਠੇ ਹੋਇਆ ਸੀ ਅੰਤਹ ਕੋ ਨਾ ਸਹਾਈ ਅਖੀਰ ਕੋਈ ਕਿਸੇ ਦਾ ਸਹਾਈ ਨਹੀਂ ਹੈਗਾ ਸਭ ਦੀ ਆਪ ਆਪਣੀ ਮੰਜ਼ਲੇ ਮਕਸੂਦ ਆ ਬਾਬਾ ਜੀ ਨੇ ਕਿਹਾ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਤਬੰਧ ਅਰਫ ਉਨੁਗ੍ਰਹਿ ਕੀ ਨਾਰ ਤਨ ਤੇ ਹੋਤ ਪ੍ਰਾਣ ਜਬ ਨਿਆਰੇ ਟੇਰਤ ਪ੍ਰੇਤ ਪੁਕਾਰ ਟੇਰਤ ਟੇਰਣਾ ਪੰਜਾਬੀ ਦਾ ਬੜਾ ਪਿਆਰਾ ਲਫ਼ਜ਼ ਆ ਜਿਸ ਚੀਜ਼ ਨੂੰ ਅਸੀਂ ਸਿੱਧੀ ਅੱਖ ਨਾਲ ਨਹੀਂ ਵੇਖ ਸਕਦੇ ਉਹਨੂੰ ਅਸੀਂ ਵਿੰਗੀ ਅੱਖ ਕਰਕੇ ਵੇਖਦੇ ਹਾਂ ਕਰਕੇ ਟੇਰਨੇ ਆ ਜਦੋਂ ਇਸ ਸ਼ਰੀਰ ਵਿੱਚੋਂ ਪਉੜੂ ਡਰੀ ਮਾਰ ਜਾਂਦਾ ਹੈ ਇਹ ਸਰੀਰ ਡਰਾਉਣਾ ਹੋ ਜਾਂਦਾ ਹੈ ਡਰ ਲੱਗਦਾ ਹੈ ਤੋਂ ਤੇ ਆਮ ਹਾਲਤਾਂ ਦੇ ਵਿੱਚ ਬੰਦਾ ਡਰ ਕਰਕੇ ਉਹਨੂੰ ਪੂਰੀ ਅੱਖ ਭਰ ਕੇ ਵੇਖ ਨਹੀਂ ਸਕਦਾ ਐਵੇਂ ਡਿੰਗੀ ਜਾ ਕਰਕੇ ਥੋੜਾ ਜਿਹਾ ਵੇਖਦਾ ਜਿੰਨਾ ਸਨੇਹੀਆਂ ਨੂੰ ਜਿੰਨਾ ਜਿੰਨਾ ਘਰ ਦੇ ਜੀਆਂ ਨੂੰ ਅੱਖਾਂ ਭਰ ਭਰ ਕੇ ਵੇਖਦਾ ਸੀਗਾ ਬੜਾ ਪਿਆਰ ਕਰਦਾ ਸੀਗਾ ਹੁਣ ਹੁਣ ਉਹਨਾਂ ਤੋਂ ਡਰ ਲੱਗਦਾ ਟੇਰਤ ਪ੍ਰੇਤ ਪੁਕਾਰ ਉਹਨਾਂ ਨੂੰ ਟੇਰਦਾ ਐਵੇਂ ਅੱਖਾਂ ਡਿੰਗੀਆਂ ਕਰਕੇ ਕਿਆ ਬਚਨ ਨੇ ਕਿਆ ਬਾਪ ਜੀ ਨੇ ਆਦਿ ਕਰੀ ਨਾ ਕੋ ਉਰਾਖੈ ਫਿਰ ਕਹਿੰਦੇ ਵੀ ਨਾ 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 ਹੋਣ ਬਸ ਚਲੋ 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 ਲੈ ਕੇ ਚੱਲੋ ਇਹਨਾਂ ਕਰੋ ਦਾਨ ਕਰੋ ਦਾਸ ਸਕਾਰ ਆਦਿ ਕਰੀ ਨਾ ਕੋ ਉਰਾਖੈ ਕਰਤੇ ਦੇਤ ਨਿਕਾਰ ਫਿਰ ਇਹ ਮੰਨਣਾ ਪਏਗਾ ਅੰਤੈ ਕੋ ਨਾ ਸਹਾਈ ਅਖੀਰ ਜਿਉਂਦਿਆਂ ਦੇ ਵਿਹਾਰ ਨੇ ਜਿੱਦਨੋ ਜੀਵਨ ਨਾ ਰਿਆ ਸਭ ਪੁੱਗ ਗਿਆ ਇੱਥੇ ਰਿਸ਼ਤਾ ਡੰਨ ਹੋ ਗਿਆ ਸਾਬ ਕਿੰਦੇ ਕਿਉਂ ਨਹੀਂ ਮੰਨ ਕੇ ਚੱਲਦਾ ਆਖਰਕਾਰ ਇੱਕ ਦਿਨ ਸਾਹਾਂ ਦੀ ਨਾੜੀ ਜਦੋਂ ਚਲਣੀ ਬੰਦ ਹੋਏਗੀ ਫਿਰ ਵੀ ਤੇ ਮੁਕਣਾ ਸਾਰਾ ਕੁਝ ਜਿਉਂਦੇ ਜੀ ਕਿਸੇ ਅਸੂਲ ਤੇ ਖੜਾ ਹੋ ਕੇ ਰਿਸ਼ਤਾ ਸਥਾਪਿਤ ਕਰ ਗੈਰ ਰਸੂਲੀ ਰਿਸ਼ਤਾ ਸਥਾਪਿਤ ਕਰ ਕੀ ਕਰੇਗਾ ਰਹਿਣਾ ਤੇ ਹੈ ਹੀ ਨਹੀਂਗਾ ਸੋ ਇਸ ਇੱਕ ਆਲਮੀ ਸਿੱਖਿਆ ਦੇ ਗੁਰੂ ਮਹਾਰਾਜ ਇਸ ਗੁਰਵਰਜਨ ਸਾਹਿਬ ਅਕਸ਼ ਰਹੇ ਨੇ ਖੈਰ ਚਲੋ ਫਿਰ ਵੀ ਰਿਸ਼ਤੇਆ ਬਾਬਤ ਪਰਿਵਾਰ ਬਾਬਤ ਬੰਦੇ ਨੇ ਕੁਝ ਕਾਰਗੁਜ਼ਾਰੀ ਪਾਈ ਕੁਝ ਕਰਮ ਕੀਤਾ ਲੋਕੀ ਕਹਿੰਦੇ ਚਲੋ ਠੀਕ ਹੈ ਇਸ ਰੂਪ ਵਿੱਚ ਥੋੜਾ ਬੋਤਾ ਪਰਿਵਾਰ ਵਾਸਤੇ ਕੁਝ ਕਰ ਗਿਆ ਉਹ ਪਰ ਜੇ ਆਪਾਂ ਹੋਰ ਇਸ ਤੋਂ ਅੱਗੇ ਚਲੇ ਜਾਈਏ ਜਿਵੇਂ ਅਸੀਂ ਕੈਪੀਟਲ ਸੋਸਾਇਟੀ 'ਚ ਰਹ ਰਹੇ ਹਾਂ ਇੱਥੇ ਤੇ ਬਿਲਕੁਲ ਸੈਲਫਿਸ਼ ਹੋ ਗਏ ਕਿਆ ਜਸਟ ਥਿੰਕ ਅਬਾਊਟ ਯੋਰਸੈਲਫ ਨਾਥਿੰਗ ਐਲਸ ਇਹਦੇ ਅੰਦਰ ਫਿਰ ਬੰਦੇ ਦੀ ਅਪਰੋਚ ਕੀ ਹੋ ਜਾਂਦੀ ਬੰਦੇ ਦਾ ਸੰਗ ਸਾਥ ਕੀ ਹੈ ਬਸ ਉਹਦਾ ਸੰਗ ਸਾਥ ਉਹਦਾ ਬਟਵਾਈ ਹੈ ਹੋਰ ਕੁਝ ਨਹੀਂ ਹੈਗਾ ਉਹਨ ਲੱਗਦਾ ਕਿ ਬਸ ਸਰਮਾਇਆ ਹੀ ਸਭ ਕੁਝ ਹੈ ਕੋਈ ਰਿਸ਼ਤਾ ਨਾਤਾ ਸਬੰਧ ਸਭ ਸਰਮਾਇਆ ਕੋਲ ਆ ਸਭ ਰਿਸ਼ਤੇ ਨੇ ਸਰਮਾਇਆ ਨਹੀਂ ਹੈਗਾ ਕੋਈ ਰਿਸ਼ਤਾ ਨਹੀਂ ਹੈਗਾ ਬਾਬਾ ਜੀ ਨੇ ਬਾਣੀ ਚ ਵੀ ਕਿਹਾ ਬਾਰ-ਬਾਰ ਮਹਾਰਾਜ ਬਿਆਨ ਕਰਦੇ ਕਿ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁੰਦੇ ਸਗੇਰਾ ਜਦੋਂ ਕਿਤੇ ਸੁਖ ਦਾ ਸਮਾਂ ਹੋਏ ਜਦੋਂ ਤਨਤਾਨ ਹੋਏ ਦੌਲਤ ਹੋਏ ਚਾਰ ਚੁਪੇਰੇ ਉਦੋਂ ਉਦੋਂ ਮਿੱਤਰਾਂ ਦੀ ਗਿਣਤੀ ਨਾ ਕਰੀ ਬੜੀ ਲੰਮੀ ਲਿਸਟ ਬਣ ਜਾਏਗੀ ਬੜੇ ਮਿੱਤਰ ਹੋਣਗੇ ਤੇਰੇ ਬੜੇ ਰਿਸ਼ਤੇਦਾਰ ਹੋਣਗੇ ਪਤਾ ਤੇ ਉਦੋਂ ਲੱਗਦਾ ਜਦੋਂ ਵਿਪਤ ਪਰੇ ਸਭ ਹੋਂ ਸੰ ਛਾੜਿਓ ਵਿਪਤਾ ਪਈ ਨਹੀਂ ਤੇ ਕੋਈ ਨਿਬਿਆ ਨਿਬਣ ਵਾਲਾ ਹੈ ਨਹੀਂ ਗਾਲੇ ਦੋਲੇ ਹਾਂ ਛੋਟੀਆਂ ਮੋਟੀਆਂ ਮੁਸ਼ਕਿਲਾਂ ਤਕਲੀਫਾਂ ਹੋਂ ਉਹਦੇ ਤੇ ਬਲਕੇ ਤੂੰ ਸੋਚਦੇ ਨੇ ਚੱਲੋ ਹੁਣ ਬੜੀ ਆਸਾਨ ਕਰਦੇ ਆਂ ਤੇਤੇ ਬਾਬੇ ਕਹਿੰਦੇ ਪਤਾ ਉਦੋਂ ਨਹੀਂ ਲੱਗਦਾ ਪਤਾ ਉਦੋਂ ਲੱਗਦਾ ਹੈ ਜਾਂ ਕੋ ਮੁਸ਼ਕਲ ਅਤ ਬਣ ਹੈ ਜਦੋਂ ਅਤ ਦੀ ਮੁਸੀਬਤ ਆਉਂਦੀ ਜਦੋਂ ਪਤਾ ਲੱਗਦਾ ਵੀ ਉਹ ਹੁਣ ਤੇ ਬੜੀ ਮੁਸ਼ਕਲ ਆ ਫਿਰ ਸਾਬ ਕਹਿੰਦੇ ਆ ਸਚਾਈ ਹੈ ਕਿ ਢੋਈ ਕੋਈ ਨਾ ਦੇ ਫਿਰ ਕੋਈ ਨਹੀਂ ਕੋਲ ਟੁਕਦਾ ਫਿਰ ਕਹਿੰਦੇ ਨਾ 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 ਹੁਣ ਹੁਣ ਕੌਣ ਟੁਕੇਗਾ ਕੀ ਇਸ ਚੀਜ਼ ਨੂੰ ਅਹਿਸਾਸ ਇਸ ਕਰਕੇ ਲੋਕਾਂ ਨੇ ਕਿਹਾ ਸਰਮਾਇਆ ਹੀ ਸੱਤਾ ਸੱਤਾ ਸਭ ਤੋਂ ਵੱਡਾ ਸੰਗੀ ਹੈ ਬਸ ਬੰਦੇ ਕੋਲ ਮਾਇਆ ਹੀ ਹੋਣੀ ਚਾਹੀਦੀ ਪੈਸਾ ਹੀ ਹੋਣਾ ਚਾਹੀਦਾ ਇਹੀ ਇਹੀ ਸਾਥੀ ਇਸ ਤੋਂ ਵੱਡਾ ਕੋਈ ਸਾਥੀ ਨਹੀਂਗਾ ਸਰਮਾਇਆ ਕੋਲ ਆ ਜੋ ਚਾਹੋ ਕਰ ਲਵੋ ਜਿੰਨੂੰ ਚਾਹੇ ਸਾਥੀ ਬਣਾ ਲਓ ਜਿਸ ਨੂੰ ਹਰ ਇੱਕ ਤੁਹਾਡਾ ਰਿਸ਼ਤੇਦਾਰ ਹੈ ਹਰ ਇੱਕ ਤੁਹਾਡਾ ਨਾਤੇਦਾਰ ਹੈ ਬਚਨ ਆਇਆ ਮਹਾਰਾਜ ਜੀ ਦਾ ਕਿਆ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਮੁਕਤ ਮੁਕਤਾਹਲ ਮੋਤੀ ਜੁਹਰਾਤ ਕੀਮਤੀ ਚੀਜ਼ਾਂ ਮਾਲ ਡੈਫੀਨਿਟਲੀ ਜਿਹੜਾ ਕੀਮਤੀ ਚੀਜ਼ਾਂ ਸੀ ਕਹਿ ਸਕਦੇ ਆ ਕਨਕ ਸੋਨਾ ਲਾਲ ਹੀਰਾ ਜਾ ਜਰਮਸ ਐਂਡ ਡਾਇਮੰਡਸ ਜਿਹਨਾਂ ਨੂੰ ਕਿਹਾ ਗਿਆ ਉਸ ਰੂਪ ਦੇ ਵਿੱਚ ਮਨ ਰੰਜਨ ਕੀ ਮਾਇਆ ਮਨ ਰੰਜਨ ਜਿਹਨੂੰ ਇਕੱਠਿਆਂ ਕਰਕੇ ਕਹਿੰਦੇ ਐ ਮਨੋਰੰਜਨ ਐਂਟਰਟੇਨਮੈਂਟ ਬਹੁਤਾ ਸਰਮਾਇਆ ਐਕਸੈਪਟ ਸਾਡੀ ਜਿਹੜੀ ਐਂਟਰਟੇਨਮੈਂਟ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਪੰਦਰੇ ਖਾਣੇ ਦੋ ਪ੍ਰਸ਼ਾਦ ਹੀ ਨੇ ਚਾਰ ਗਜ ਕਪੜਾ ਪਾਉਣਾ ਐ ਕਿਸੇ ਨੇ 50 ਡਾਲਰਸ ਦਾ ਪਾ ਲਿਆ ਕਿਸੇ ਨੇ 10000 ਡਾਲਰ ਦਾ ਪਾ ਲਿਆ ਕੀ ਫਰਕ ਪਏਗਾ ਇਹ ਤੇ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਇਹ ਡੈਸਟੀਨੇਸ਼ਨ ਤੋਂ ਬੀ ਡੈਸਟੀਨੇਸ਼ਨ ਤੱਕ ਜਾਣਾ ਹੈ ਉਹਦੇ ਲਈ ਕੋਈ ਵੀਕਲ ਚਾਹੀਦਾ ਹੈ ਉਹ ਗੱਡੀ 10000 ਡਾਲਰ ਦੀ ਵੀ ਹੋ ਸਕਦੀ ਹੈ ਉਹ 10 ਲੱਖ ਦੀ ਵੀ ਹੋ ਸਕਦੀ ਹੈ ਸਿਰ ਤੇ ਛੱਤ ਚਾਹੀਦੀ ਹੈ ਰਹਿਣ ਵਾਸਤੇ ਉਹ ਇੱਕ ਬੜੀ ਵੱਡੀ ਮੈਂਸ਼ਨ ਵੀ ਹੋ ਸਕਦੀ ਏ ਇੱਕ ਛੋਟਾ ਜਿਹਾ ਫਲੈਟ ਵੀ ਹੋ ਸਕਦਾ ਡਿਪੈਂਡ ਕਰਦਾ ਕਿਹੋ ਜੀ ਸੋਚ ਆ ਤੁਹਾਡੀ ਇਹ ਕੁਝ ਬੁਨਿਆਦੀ ਜ਼ਰੂਰਤਾਂ ਨੇ ਬੰਦੇ ਦੀ ਇਸ ਤੋਂ ਬਿਨਾ ਬਾਕੀ ਬਾਕੀ ਤੇ ਸਭ ਐਂਟਰਟੇਨਮੈਂਟ ਆ ਖੁਸ਼ ਹੋਣਾ ਪਿਆ ਇਨਾ ਮਾਲ ਆ ਫੀਲਿੰਗ ਲੈਣੀ ਫੀਲ ਗੁੱਡ ਯੂ نو ਆਮ ਦੈਟ ਮਚ ਰਿਚ ਆਈ ਹੈਵ ਦੈਟ ਮਚ ਇਨ ਅ ਬੈਂਕ ਆਈ ਹੈਵ ਦੈਟ ਮਚ ਅਬ ਜੀ ਕਹਿੰਦੇ ਮਨ ਰੰਜਨ ਕੀ ਮਾਇਆ ਜਦੋਂ ਬੰਦਾ ਇਸ ਚੱਕਰ ਚ ਪੈ ਜਾਏ ਸਾਈਕਲ ਚ ਚਲਾ ਜਾਏ ਇਹਦੇ ਚ ਬੈਨੀਫਿਟ ਤੇ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ ਪਰ ਗੁਰੂ ਬਾਬਾ ਜੀ ਨੇ ਕਿਹਾ ਇੱਕ ਚੀਜ਼ ਪੱਕੀ ਹੈ ਹਾ ਹਾ ਕਰਤ ਬਿਹਾਨੀ ਅਵਧ ਹੈ ਅਵਧੇ ਕਹਿੰਦੇ ਉਮਰ ਨੂੰ ਹਾ ਹਾ ਹਾਏ ਮਰ ਗਏ ਹਾਏ ਮਰ ਗਏ ਥੋੜਾ ਥੋੜਾ ਘਟ ਘਟ ਹੋਰ ਚਾਹੀਦਾ ਹੋਰ ਚਾਹੀਦਾ ਇਹ ਕਰਦੇ ਉਮਰ ਜ਼ਰੂਰ ਲੰਗੇਗੀ ਬੰਦੇ ਦਾ ਇੱਕੋ ਹੀ ਸਿਮਰਨ ਰਹਿ ਜਾਂਦਾ ਫਿਰ ਸਵੇਰ ਤੋਂ ਸ਼ਾਮ ਤੱਕ ਸਵੇਰੇ ਉੱਠਿਆ ਨੇ ਕੰਮ ਸ਼ੁਰੂ ਹੋਇਆ ਨਹੀਂ ਹਾਏ ਮਾਇਆ ਮਰਗੇ ਮਾਇਆ ਥੋੜੀ ਮਾਇਆ ਮਾਇਈ ਮਾਇਆ ਇਹ ਸਿਮਰਨ ਹੋ ਗਿਆ ਸ਼ੁਰੂ ਬਸ ਹਾ ਹਾ ਕਰਤ ਬਿਹਾਨੀ ਆਪਦਾ ਇਹਦੇ ਚ ਫਿਰ ਇੱਕ ਚੀਜ਼ ਪੱਕੀ ਹੈ ਤਾਂ ਮੈਂ ਸੰਤੋਖ ਨਾ ਪਾਇਆ ਸਭ ਕਹਿੰਦੇ ਸੰਤੋਖ ਨਹੀਂ ਕੰਟੈਂਟਮੈਂਟ ਅੰਦਰ ਭਰ ਜਾਣਾ ਤ੍ਰਿਪਤ ਹੋ ਜਾਣਾ ਇਹ ਨਹੀਂ ਇਹ ਪੋਸੀਬਲ ਹੀ ਨਹੀਂ ਕਿਉਂਕਿ ਇਹ ਤ੍ਰਿਪਤੀ ਤੇ ਤਾਂ ਹੋਏ ਜੇ ਜੀਵਨ ਦੀ ਸਹੀ ਜਾਂਚ ਆ ਜਾਵੇ ਵਿਦ ਸਹੀ ਆਵੇ ਫਿਰ ਬੰਦਾ ਇਸ ਰੂਪ ਜਿਹੜਾ ਬਹੁਤ ਮਾਇਆ ਵੀ ਜੀਵਨ ਚ ਆ ਜਾਏ ਨਾ ਤਾਂ ਬਾਬਾ ਜੀ ਕਹਿੰਦੇ ਦੋ ਚ ਨਿਸ਼ਾਨੀਆਂ ਪੱਕੀਆਂ ਨੇ ਉਹਦੀਆਂ ਮਾਇਆ ਧਾਰੀ ਅਤ ਅੰਨਾ ਬੋਲਾ ਉਹ ਅਤ ਦਾ ਅੰਨਾ ਤੇ ਅਤ ਦਾ ਬੋਲਾ ਹੋ ਜਾਂਦਾ ਨਾ ਉਹਨੂੰ ਕੁਝ ਦਿਸਦਾ ਹੈ ਚੰਗੀ ਤਰ੍ਹਾਂ ਨਾ ਉਹਨੂੰ ਸੁਣਦਾ ਚੰਗੀ ਤਰ੍ਹਾਂ ਕਿਉਂਕਿ ਉਹਦੇ ਲਈ ਸੰਸਾਰ ਦੇ ਚ ਰਿਸ਼ਤੇ ਨਾਤੇ ਸਬੰਧ ਪਹਿਲੀ ਬਾਤ ਉਹਦੇ ਕਰ ਰਹੇ ਸੀ ਉਹ ਵੀ ਨਹੀਂ ਰਹਿ ਜਾਂਦੇ ਉਹ ਕਹਿੰਦਾ ਵੀ ਕਿਸੇ ਦੇ ਨਾਲ ਸਾਂਝ ਵੀ ਨਹੀਂ ਕੀਏ ਕਿ ਉਹ ਮੇਰਾ ਸਵਾਰਥ ਕਿੰਨਾ ਪੂਰਾ ਕਰਦਾ ਹੈ ਮੇਰੀ ਇਤਨਾ ਸੈਲਫਿਸ਼ ਹੋ ਜਾਣਾ ਜਿਹੜੇ ਇਥੇ ਲੋਕਾਂ ਨੂੰ ਇਕਨੋਮਿਕਲੀ ਆਪਣੇ ਆਪ ਨੂੰ ਬੂਸਟ ਕਰਨ ਵਾਸਤੇ ਮੋਟੀਵੇਸ਼ਨਲ ਚੀਜ਼ਾਂ ਲਿਖਦੇ ਨੇ ਮੋਟੀਵੇਟ ਕਰਦੇ ਨੇ ਮੋਟੀਵੇਸ਼ਨਲ ਸਪੀਕਿੰਗ ਹੁੰਦੀ ਹੈ ਸਪੀਚਸ ਹੁੰਦੀਆਂ ਨੇ ਦੇ ਉੱਤੇ ਮੋਂ ਦਾ ਕੁਝ ਲੱਬੋ ਲਬਾਬ ਦੇਖਿਆ ਕੁਝ ਲਿਟਰੇਚਰ ਪੜ੍ਹ ਕੇ ਉਹ ਬਿਆਨ ਨਹੀਂ ਕਰਦੇ ਸਪੋਸ ਤੁਸੀਂ ਇੱਕ ਚੰਗਾ ਪੈਸਾ ਕਮਾ ਰਹੇ ਹੋ ਲਾਈਫ ਸਟਾਈਲ ਤੁਹਾਡਾ ਅਡਾਪਟ ਕਰ ਰਹੇ ਹੋ ਤੁਸੀਂ ਦੈਟਸ ਨਾਈਸ ਪਰ ਯੂ نو ਯੂ ਕੈਨ ਨਾਟ ਮੇਨਟੇਨ ਇਟ ਫॉर ਲੌਂਗ ਟਰਮ ਕਾਰਨ ਕੀ ਹੈ ਕਿਉਂਕਿ ਤੁਹਾਡੇ ਰਿਸ਼ਤੇਦਾਰ ਸਬੰਧੀ ਰਿਸ਼ਤੇਦਾਰ ਹੋਣਗੇ ਆਲੇ ਦੁਆਲੇ ਜਿਹੜੇ ਤੁਹਾਡੇ ਤੋਂ ਕਹਿਣਗੇ ਵੀ ਤੇਰੇ ਕੋਲ ਤੇਰਾ ਲਾਈਫ ਸਟਾਈਲ ਬੜਾ ਵਧੀਆ ਹੈ ਤੂੰ ਖਾ ਪੀ ਵਧੀਆ ਰਿਆ ਆ ਤੇਰੇ ਕੋਲ ਪੈਸਾ ਖੂਬ ਆ ਤੇ ਤੂੰ ਨਾ ਮੇਰੀ ਮਦਦ ਕਰ ਦੇ ਥੋੜੀ ਜੀ ਅਕਸਰ ਹੁੰਦਾ ਹੈ ਇਸ ਰੂਪ ਦੇ ਚ ਤੇ ਕਹਿੰਦੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਫਸ ਜਾਓਗੇ ਜਿਹੜੀ ਤੁਹਾਡੀ ਸੇਵਿੰਗ ਆ ਤੁਸੀਂ ਹੋਰ ਇਨਵੈਸਟ ਕਰਕੇ ਹੋਰ ਕਮਾਉਣਾ ਹੈ ਹੋਰ ਕਮਾਉਣਾ ਜਿਹੜੀ ਵੱਡੇ ਖੇਡ ਜਾਣਾ ਸੀ ਉਤੋਂ ਰਹਿ ਜਾਓਗੇ ਤੇ ਤੁਸੀਂ ਰਿਸ਼ਤੇ ਵੀ ਲੂਜ਼ ਨਹੀਂ ਕਰਨਾ ਚਾਹੁੰਦੇ ਫਿਰ ਕਰੋਗੇ ਕੀ ਕਹਿੰਦੇ ਫਿਰ ਬੜਾ ਤਰੀਕਾ ਵਧੀਆ ਆ ਵਧੀਆ ਤਰੀਕਾ ਇਹ ਹੈ ਕਿ ਜਦੋਂ ਵੀ ਕਿਤੇ ਰਿਸ਼ਤੇਦਾਰਾਂ ਨਾਤੇਦਾਰਾਂ ਈਵਨ ਆਪਣੇ ਭੈਣ ਭਰਾਵਾਂ ਦੇ ਵਿੱਚ ਕੋਈ ਗੱਲਬਾਤ ਕੋਈ ਗੱਲ ਹੋਏ ਸ਼ੁਰੂ ਕਿਤੇ ਬੈਠੋ ਬਸ ਸ਼ੁਰੂ ਇੱਥੋਂ ਕਰ ਦਿਓ ਐਕਸਪੈਂਸਸ ਬਹੁਤ ਨੇ ਖਰਚੇ ਬਹੁਤ ਨੇ ਆ ਵੀ ਖਰਚਾ ਆ ਵੀ ਖਰਚਾ ਆ ਵੀ ਖਰਚਾ ਆ ਸਾਰਿਆਂ ਦੀ ਫੇਲਿਸਟ ਪੱਕੀ ਯਾਦ ਕਰ ਲਓ ਲਗਾਤਾਰ ਗਿਣਾਓ ਲਗਾਤਾਰ ਗਿਣਾਓ ਹੋਏਗਾ ਕੀ ਹੋਏਗਾ ਇਹ ਅਗਲਾ ਬੰਦਾ ਤੁਹਾਨੂੰ ਕੁਝ ਵੀ ਸਵਾਲ ਕਰਨ ਤੋਂ ਪਹਿਲਾਂ ਕੋਈ ਵੀ ਆਪਣੇ ਗੋਂ ਕਹਿਣ ਤੋਂ ਪਹਿਲਾਂ ਕੋਈ ਵੀ ਮਦਦ ਮੰਗਣ ਤੋਂ ਪਹਿਲਾਂ 10 ਵਾਰੀ ਸੋਚੇਗਾ ਤੇ ਕਹੇਗਾ ਇਹ ਤੇ ਆਲਰੇਡੀ ਇੰਨੇ ਖਰਚੇ ਗਿਣਾ ਰਿਹਾ ਇਹਦੇ ਕੋਲ ਕੀ ਮਤਲਬ ਲੈਣੀ ਹੈ ਮੈਨੂੰ ਫਿਰ ਦੋ ਚੀਜ਼ਾਂ ਹੋਣਗੀਆਂ ਤੁਹਾਡੀਆਂ ਇੱਕ ਤੇ ਤੁਹਾਡਾ ਰਿਸ਼ਤਾ ਵੱਜ ਜਾਏਗਾ ਦੂਸਰਾ ਦੂਸਰਾ ਤੁਹਾਡੇ ਤੁਹਾਡੀ ਮਾਇਆ ਤੁਹਾਡੇ ਕੋਲ ਬਚੀ ਰਹੇਗੀ ਇਸ ਰੂਪ ਤੇ ਛੇ ਕੀ ਹੈ ਇੱਜਦੇ ਬਹੁਤ ਪੜੇ ਲਿਖੇ ਸਮਾਜ ਚ ਗੱਲਾਂ ਹੋ ਰਹੀਆਂ ਬਾਬਾ ਜੀ ਕਹਿੰਦੇ ਹਾ ਹਾ ਕਰਤ ਬਿਹਾਨੀ ਆਵਦਾ ਹੈ ਹਾਏ ਮਰ ਗਏ ਹਾਏ ਮਰ ਗਏ ਥੋੜਾ 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 ਇਹ ਕਰਦੇ ਆ ਕਰਦੇ ਉਮਰਾਂ ਲੰਘ ਜਾਂਦੀਆਂ ਤਾਂ ਮੈਂ ਸੰਤੋਖ ਕੰਟੈਂਟਮੈਂਟ ਸੰਤੋਖ ਕਿੱਥੇ ਆਏਗਾ ਫਿਰ ਬੰਦਾ ਬੰਦਾ ਤੈਨੂੰ ਗੁਰੂ ਨਾਨਕ ਮਹਾਰਾਜ ਨੇ ਬੁਨਿਆਦੀ ਤੌਰ ਤੇ ਕਿਹਾ ਸੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਭਾਰ ਬੰਨਣੇ ਪੰਡਾ ਬੰਨਣੀਆਂ ਸਾਡੇ ਚ ਬਹੁਤਿਆਨੇ ਬੰਨੀਆਂ ਹੋਣਗੀਆਂ ਕਦੇ ਨਾ ਕਦੇ ਜਾਂ ਬੰਨਦਿਆਂ ਨੂੰ ਦੇਖਿਆ ਹੋਣਾ ਪੰਡਾ ਬਨਣੀਆਂ ਅਤੋਲਵਾਂ ਸਮਾਨ ਪਾ ਕੇ ਉਸ ਚਾਦਰ ਜਾਂ ਕਿਸੇ ਚੀਜ਼ ਦੇ ਵਿੱਚ ਤੇ ਉਹਨੂੰ ਕੰਨੀਆਂ ਖਿੱਚ ਕੇ ਇਸ ਰੂਪ ਵਿੱਚ ਬਨਣਾ ਪਤਾ ਹੀ ਕੋਈ ਨਹੀਂਗਾ ਜਿੰਨਾ ਮਰਜੀ ਸਾਧਨ ਸੰਸਾਧਨ ਇਕੱਠੇ ਹੋ ਜਾਣ ਅੰਦਰ ਦੀ ਭੁੱਖ ਉੱਥੇ ਖੜੀ ਉਹ ਕਹਿੰਦੀ ਨਹੀਂ ਹੋਰ ਆਵੇ ਹੋਰ ਆਵੇ ਹੋਰ ਆਵੇ ਸਾਹਿਬ ਕਹਿੰਦੇ ਤਾਂ ਮੈਂ ਸੰਤੋਖ ਨਾ ਪਾਇਆ ਅਗਲਾ ਬਚਨ ਲਿਖਿਆ ਬਹੁਤਾ ਸਰਮਾਇਆ ਬਹੁਤੀ ਜਿਹੜੀ ਦੌਲਤ ਜੋਤੀ ਜਿਹੜੀ ਇਹ ਕਸ਼ਿਸ਼ ਹੈ ਸਾਰੇ ਦੀ ਇਹਦੇ ਪਿੱਛੇ ਬੰਦਾ ਭੱਜਦਾ ਕਿਉਂ ਹਸਤ ਰਥ ਅਸਵ ਪਵਨ ਤੇਜ ਧਨੀ ਭੂਮਨ ਚਤੁਰੰਗਾ ਇੱਕ ਵਿਲਾਸਤੀ ਜੀਵਨ ਜੀਣਾ ਤੇ ਵਿਲਾਸਤੀ ਜੀਵਨ ਨੂੰ ਸ਼ੋਅ ਆਫ ਵਿਖਾਵਾ ਕਰਨਾ ਹਸਤ ਰਥ ਅਸਵ ਪਵਨ ਤੇਜ ਬਦਲਦੇ ਸਮੇਂ ਨਾਲ ਚੀਜ਼ਾਂ ਬਦਲ ਗਈਆਂ ਨੇ ਪੁਰਾਣੇ ਸਮੇਂ ਆ ਬូមਿਆਂ ਕੇ ਲੋਕੀ ਜਿਹੜੇ ਆਪਣੇ ਰਹੀਸ ਹੁੰਦੇ ਸੀਗੇ ਉਹ ਹਾਥੀ ਬੰਨਦੇ ਸੀ ਪਤਾ ਹੈ ਵੀ ਹਾਥੀ ਦੀ ਉੱਤੇ ਪਾਲਕੀ ਬਟ ਬੈਠ ਰੱਖ ਕੇ ਉੱਤੇ ਚੜ ਕੇ ਜਿਹੜਾ ਹੈਗਾ ਸਵਾਰੀ ਕਰਨੀ ਲੋਕਾਂ ਨੂੰ ਬਖਾਉਣਾ ਰੋਪ ਪਾਉਣਾ ਮੇਰੇ ਕੋਲ ਹਾਥੀ ਹੈ ਰੱਥ ਬੱਗੀਆਂ ਇਹ ਹੋਣੀਆਂ ਕਰਾ ਥਾਵਾਂ ਦੇ ਵਿੱਚ ਅਸਵ ਪਵਨ ਤੇਜ ਅਸਵ ਘੋੜੇ ਨੂੰ ਕਹਿੰਦੇ ਨੇ ਪਵਨ ਤੇਜ ਹਵਾ ਤੋਂ ਤੇਜ਼ ਭੱਜਣ ਵਾਲੇ ਘੋੜੇ ਵਧੀਆ ਤੋਂ ਵਧੀਆ ਨਸਲਾਂ ਦੇ ਘੋੜੇ ਬਦਲਦੇ ਵਕਤ ਚ ਕੀ ਹੋ ਗਿਆ ਗੱਡੀਆਂ ਕਾਰਾਂ ਸਭ ਚੀਜ਼ਾਂ ਆ ਗਈਆਂ ਇਹ ਬੰਦਾ ਇਹੀ ਸਭ ਕੁਝ ਇਹਦੇ ਪਿੱਛੇ ਬੜਾ ਗਲਤਾਨ ਹੋ ਗਿਆ ਇਸੇ ਨੂੰ ਬੰਦੇ ਨੇ ਸੋਚ ਲਿਆ ਬੜੀ ਵੱਡੀ ਚੀਜ਼ ਆ ਬਾਬਾ ਜੀ ਕਹਿੰਦੇ ਤਨੀ ਅਮੀਰੀ ਕਹਿੰਦੇ ਅਮੀਰ ਆ ਇਹ ਐਨ ਐਫ ਨਹੀਂ ਹੈਗਾ ਅਮੀਰੀ ਦਿਸਣੀ ਚਾਹੀਦੀ ਹੈ ਸਟੇਟਸ ਬਣਾਇਆ ਲੋਕਾਂ ਨੇ ਕਾਰਾਂ ਗੱਡੀਆਂ ਸਭ ਚੀਜ਼ਾਂ ਨੂੰ ਪੁਰਾਣੇ ਸਮੇਂ ਹਾਥੀ ਕੋੜੇ ਅੱਜ ਕੱਲੇ ਸਭ ਕੁਝ ਭੂਮਨ ਮਲਕੀਅਤ ਜ਼ਮੀਨਾਂ ਦੀ ਮਲਕੀਅਤ ਹੋਣੀ ਪ੍ਰਾਪਰਟੀਆਂ ਹੋਣੀਆਂ ਇੱਥੇ ਚਤੁਰਾਂਗਾ ਚਾਰ ਅੰਗਾਂ ਦੀ ਫੌਜ ਇਹ ਫੌਜਾਂ ਹੀ ਨੇ ਬੰਦਾ ਜਿਹੜਾ ਆਪਣੀ ਨੈਟਵਰਕਿੰਗ ਬਣਾ ਰਿਹਾ ਚਾਰ ਚਪੇਰੇ ਤੇ ਉਹਦੇ ਉਹਨੂੰ ਮਿਲਣ ਵਾਸਤੇ ਕਿਹੋ ਜਿਹੇ ਲੋਕ ਆ ਰਹੇ ਨੇ ਉਹਦੇ ਖੈਰ ਖਾ ਉਹਦੇ ਵੈਲ ਵਿਸ਼ਰਸ ਕੌਣ ਨੇ ਉਹਦੀਆਂ ਕਿਹੋ ਜੀਆਂ ਸੰਝਾਂ ਨੇ ਲੋਕਾਂ ਦੇ ਆ ਮਾਫੀ ਮੰਗਾਗਾ ਮੈਂ ਵਿਆਹ ਹੋਇਆ ਵਿਆਹ ਦੀ ਪਾਰਟੀ ਹੋ ਰਹੀ ਹੈ 1200 ਮਹਿਮਾਨ ਆ ਰਹੇ 1500 ਮਹਿਮਾਨ ਆ ਰਹੇ ਹਰੇਕ ਵਾਕ ਆਫ ਲਾਈਫ ਤੋਂ ਬੰਦੇ ਬੁਲਾਏ ਜਾ ਰਹੇ ਨੇ ਹਰ ਤਰ੍ਹਾਂ ਦੇ ਵਖਾਇਆ ਜਾ ਰਿਹਾ ਦੇਖੋ ਤੇ ਸਹੀ ਇਹਨੂੰ ਬੰਦੇ ਨੇ ਜ਼ਿੰਦਗੀ ਦੀ ਬੜੀ-ਵੱਡੀ ਅਚੀਵਮੈਂਟ ਮੰਨਿਆ ਪਰ ਜਦੋਂ ਪਹਿਲਾਂ ਸ਼ੁਰੂਆਤ 'ਚ ਬਾਤ ਕੀਤੀ ਸੀ ਕਾਮਨ ਲੋਏੜੇ ਸੋਇਨਾ ਰੂਪਾ ਮਿੱਤਰ ਲੋੜੇਨ ਖਾ ਦਾਤਾ ਇਹ ਸਭ ਖਵਾਨ ਪਿਆਣ ਦੀਆਂ ਸੰਜਾਂ ਨੇ ਹੋਰ ਕੋਈ ਸੰਜਾਂ ਨਹੀਂ ਹੈਗੀ ਇਨਡੀਡ ਹੁਣ ਤੇ ਕੋਵਿਡ ਕਰਕੇ ਬਿਲਕੁਲ ਬੰਦ ਹੋ ਗਿਆ ਅਦਰਵਾਇਜ਼ i usually go to visit hospitals kujh counseling karke kujh vaise vi kai vari bade da dimag ch to zyada kharab ho jey na baba ji bani bayan karde das bastule paach hai paave ik bast karan bikhot gawaave manukhi mann di bahut chandri halat hai maadi halat hai pata nahi kis cheez to ene apne aap nu kehna pyo ho ho meri ta gall hi nahi puri hoyi ਉਸੀ ਚੀਜ਼ ਨੂੰ ਇਹਨੇ ਆਪਣੇ ਆਪਣੇ ਅੰਦਰ ਵਾਰ-ਵਾਰ ਸਿਮਰਿ ਜਾਣਾ ਜਦੋਂ ਕੋਈ ਇਹੋ ਜੀ ਹਾਲਤ ਬਣੇ ਬੰਦਾ ਕਿਤੇ ਹਸਪੀਟਲ ਵਿਜ਼ਿਟ ਕਰੇ ਜਾ ਕੇ ਦੇਖੇ ਉਥੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਮਲਮੁੱਤਰ ਵੀ ਉਹ ਜਾ ਕੇ ਵਾਸ਼ਰੂਮ ਵਿੱਚ ਨਹੀਂ ਕਰ ਪਾਉਂਦੇ ਇਹੋ ਜਿਹੇ ਲੋਕਾਂ ਨੂੰ ਦੇਖੇ ਭਗਤ ਫਰੀਦ ਨੇ ਕਿਹਾ ਨਾ ਫਰੀਦਾ ਕਿੰਨੀ ਨਿੱਕੀ ਜੰਗੀ ਥਲ ਡੂੰਗਰ ਭਵਯਮ ਅੱਜ ਫਰੀਦਾ ਕੂਜੜਾ ਸੈ ਕੋਹਾ ਥੀਓ ਸਰਹਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ 100 ਕੋਹਾਂ ਤੇ ਲੱਗਦਾ ਫਿਰ ਬੰਦਾ ਇਹੋ ਜੀ ਹਾਲਤ ਵਿੱਚ ਵੇਖ ਕੇ ਕਹਿੰਦਾ ਸ਼ੁਕਰ ਹੈ ਮਾਲਕ ਨੈਣ ਪ੍ਰਾਣ ਚੱਲ ਰਹੇ ਨੇ ਵਟ ਐਲਸ ਆਈ ਆਸਕ ਇੱਥੋਂ ਮੰਦਗੀ ਆਉਂਦੀ ਹੈ ਅਦਰਵਾਇਜ਼ ਆ ਜਿਹੜੀ ਗਿਆ ਇਸ ਰੇਸ 'ਚ ਬੰਦਾ ਲੱਗਾ ਆ ਤੇ ਕਦੀ ਪੂਰੀ ਨਹੀਂ ਹੋਣੀ ਸੰਗ ਨਾ ਚਾਲਿਓ ਇਨ ਮੈਂ ਕਛੂਏ ਊਠ ਸਿਧਾਇਓ ਨਾਂਗਾ ਅਖੀਰ ਜਿਹ ਦਿਨ ਵਿਦਾਇਗੀ ਹੋਈ ਉਸ ਦਿਨ ਤਨ ਤੇ ਕੀ ਤਨ ਦਾ ਕੱਪੜਾ ਕੀ ਨਿਵੇਗਾ ਨਾਲ ਕੁਛ ਵੀ ਤੇ ਨਹੀਂ ਅੰਤ ਲਿਆ ਲੈ ਇਨਾਂ ਨੇ ਹਰ ਕੇ ਸੰਤ ਪ੍ਰੇਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਜਿਹੜੇ ਹਰੀ ਦੇ ਸੰਤ ਜਾਣੇ ਉਸ ਪ੍ਰੀਤ ਦੇ ਸੋਰਸ ਅਕਾਲ ਪੁਰਖ ਵਹੇਗਰੂ ਉਹਦੀ స్తుਤੀ ਚ ਲੱਗ ਜਾਂਦੇ ਨੇ ਮੁਰਾਦ ਜੀਵਨ ਦਾ ਸਹੀ ਸਿਮਰਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਤਾਂ ਕਹਿ ਹਰ ਹਰ ਗਾਈਐ ਨਾਨਕ ਇਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕਹਿ ਪਾਈ ਹੈ ਇਹਾ ਸੁਖ ਆਗੈ ਮੁਖ ਊਜਲ ਸੰਸਾਰ ਦੇ ਚ ਇੱਕ ਬੈਲੈਂਸਡ ਅਪਰੋਚ ਹੁੰਦੀ ਏ ਜੋ ਸੁਖ ਦਿੰਦੀ ਏ ਕਿਉਂਕਿ ਵਧੀਆਂ ਹੋਈਆਂ ਐਕਸਪੈਕਟੇਸ਼ਨਸ ਤੇ ਬੇਤਹਾਸ਼ਾ ਸਵਾਰਥ ਇਹ ਤੰਗ ਕਰਦਾ ਬੰਦੇ ਨੂੰ ਜਦੋਂ ਇਹਨੂੰ ਬੰਦਾ ਲਗਾਮ ਪਾ ਲਵੇ ਕੰਟਰੋਲ ਕਰ ਲੇ ਸੰਸਾਰ ਦੁੱਖ ਦਾ ਮੂਲ ਨਹੀਂ ਸੁਖ ਦਾ ਮੂਲ ਹੈ ਇੱਥੇ ਖੁਸ਼ੀ ਹੈ ਇੱਥੇ ਚਾਹ ਹੈ ਖੇੜੇ ਨੇ ਇੱਥੇ ਤ੍ਰਿਪਤੀ ਹੈ ਬਾਬਾ ਜੀ ਕਹਿੰਦੇ ਇਸ ਨਾਮ ਦੇ ਸਦਕਾ ਈहां ਸੁਖ ਆਗੈ ਮੁਖ ਊਜਲ ਜਦੋਂ ਪਰਮਾਨੰਟ ਅੱਖਾਂ ਬੰਦ ਹੋਣਗੀਆਂ ਇਹ ਕੌਂਸ਼ੀਅਸ ਬੇਤਹਾਸ਼ਾ ਗਿਲਟੀ ਤੇ ਬੇਤਹਾਸ਼ਾ ਜਿਹਨੂੰ ਕਹਿ ਲੋ ਕੀ ਰਿਗ੍ਰੇਟਸ ਪਛਤਾਵੇ ਇਹ ਝੂਲੀ ਪਾ ਕੇ ਨਹੀਂ ਵਿਦਾ ਹੋਏਗੀ ਹੋਏਗਾ ਜੀਵਨ ਸਹੀ ਤਰੀਕੇ ਨਾਲ ਜੀਆ ਆਇਆ ਇੱਥੇ ਸਹਿਬ ਨੇ ਉਹ ਦੀ ਬਾਤ ਕੀਤੀ ਕੋਈ ਜਾਣੇ ਕਬ ਨਹੀਂ ਹਾਂ ਜਗ ਮੀਤ ਕੋਈ ਵਿਰਲਾ ਸਮਝਦਾ ਅਸਲ ਵਿੱਚ ਮਿੱਤ ਕੌਣ ਹੈ ਅਸਲ ਵਿੱਚ ਸੰਗੀ ਕੌਣ ਹੈ ਅਸਲ ਵਿੱਚ ਸਾਥੀ ਕੌਣ ਹੈ ਸਹਿਬ ਰਹਿਮਤ ਕਰਨ ਇਹਨਾਂ ਵਾਲ ਮੇ ਵਾਕਾਂ ਦੀ ਪ੍ਰੀਤੀ ਸਾਡੀ ਸੁਰਤ ਪਕੜੇ ਇਨੀਆਂ ਕ ਬਿੰਤੀਆਂ ਨਾਲ ਖਿਮਾ ਭੁਲਾ ਗਲਤੀਆਂ ਨਾ ਚਿਤਾਰੇ ਹੋ ਜੇ ਇਥੇ ਸਮਾਪਨ ਕਰਦੇ ਨੇ ਆਸਤੋਰਾ ਬਲਾਈ ਫਤੇ ਪ੍ਰਭਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ